ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਮੈਲ ਯੂਐਸਏ ਟੀਵੀ ਮੈਂ ਹਸਨਜੀਵ ਯਸ਼ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਮੁੱਦਾ ਦੇ ਵਿੱਚ ਲੋਕਤੰਤਰ ਪੂਰੀ ਦੁਨੀਆ ਦੇ ਵਿੱਚ ਹੈ ਕਿਤੇ ਨਾ ਕਿਤੇ ਤਾਨਾਸ਼ਾਹੀ ਵੀ ਹੈ ਪਰ ਮੈਜੋਰਿਟੀ ਲੋਕਤੰਤਰ ਦੀ ਹੈ ਲੋਕਤੰਤਰ ਬਾਰੇ ਇਬਰਾਹਿਮ ਲਿੰਕਨ ਸਾਹਿਬ ਨੇ ਕਿਹਾ ਕਿ ਇਹ ਉਹ ਜਮਹੂਰੀਅਤ ਹੈ ਜੋ ਲੋਕਾਂ ਦੁਆਰਾ ਚੁਣੀ ਜਾਂਦੀ ਹੈ ਲੋਕਾਂ ਵਾਸਤੇ ਕੰਮ ਕਰਦੀ ਹੈ ਇਹਦੇ ਵਿੱਚ ਲੋਕਾਂ ਦਾ ਹੀ ਰਾਜ ਹੁੰਦਾ ਹੈ ਫੋਰ ਦਾ ਪੀਪਲ ਆਫ ਦਾ ਪੀਪਲ ਬਾਏ ਦਾ ਪੀਪਲ जिस तरह मर्जी तुम एक्सप्लेन कर लवो यानी कि लोग राज है कि सारी ताकत लोगों के हाथों में हों है लोग खुद देश लोग खुद अपने नुमाइंदे चुनते हैं तो उन्होंने नुमाइंद उत्ते जिम्मेवारी होंगी है कि वो देश चला दे सारे नागरिक मिल के उन्होंयता करते हैं उन्होंने मोढ़े न मोढ़ा लगा के तुर ताकि हर चीज़ बिल्कुल सही तरीके चले ਥਾਂ ਥਾਂ ਦੇ ਉੱਤੇ ਸਮੇਂ ਸਮੇਂ ਦੇ ਉੱਤੇ ਸਰਕਾਰ ਨੂੰ ਉਹਨਾਂ ਦੀਆਂ ਖਾਮੀਆਂ ਦੱਸਦੇ ਨੇ ਔਰ ਇਸੇ ਤਰ੍ਹਾਂ ਹੀ ਇੱਕ ਹੋਰ ਨੁਮਾਇੰਦਾ ਦੀ ਪਾਰਟੀ ਹੁੰਦੀ ਹੈ ਜਿਸ ਨੂੰ ਅਸੀਂ ਕਹਿੰਦੇ ਹਾਂ oppositon ਵਿਰੋਧੀ ਪਾਰਟੀ ਤਾਂ ਇੱਕ ਬਹੁਤ ਪਿਆਰਾ ਸਿਸਟਮ ਜੋ ਪੂਰੀ ਦੁਨੀਆ ਦੇ ਵਿੱਚ ਚੱਲਦਾ ਹੈ ਲੋਕਤੰਤਰ ਡੈਮੋਕ੍ਰੇਸੀ ਅਸੀਂ ਭਾਵੇਂ ਜਾਣਦੇ ਹਾਂ ਕਿ ਡੈਮੋਕ੍ਰੇਸੀ ਇਸ਼ੂ ਬੇਸਡ ਪੋਲਿਟਿਕਸ ਹੈ ਮੁੱਦਿਆਂ ਦੇ ਉੱਤੇ ਇਹ ਰਾਜਨੀਤੀ ਘੜੀ ਜਾਂਦੀ ਹੈ ਪਰ ਫਿਰ ਵੀ ਮੁੱਦੇ ਉਹ ਚੁੱਕੇ ਜਾਂਦੇ ਨੇ ਅਕੋਰਡਿੰਗ ਟੂ ਲਾ according to ethics ਜਿਹੜੇ ਮੁੱਦੇ ਬਿਲਕੁਲ ਜਾਇਜ਼ ਨੇ ਜਿਹੜੇ ਮੁੱਦਿਆਂ ਦੇ ਉੱਤੇ ਕੰਮ ਹੋਣਾ ਚਾਹੀਦਾ ਹੈ ਉਹ ਮੁੱਦੇ ਲੋਕ ਲੈ ਕੇ ਆਉਂਦੇ ਨੇ ਸਰਕਾਰਾਂ ਦੇ ਸਾਹਮਣੇ ਆਪੋਜੀਸ਼ਨਸ ਲੈ ਕੇ ਆਉਂਦੀਆਂ ਨੇ ਸਰਕਾਰਾਂ ਦੇ ਸਾਹਮਣੇ ਤਾਂ ਕਿ ਜਿਹੜੀ ਪਾਰਟੀ ਰਾਜ ਦੇ ਵਿੱਚ ਸੱਤਾ ਦੇ ਵਿੱਚ ਬਣੀ ਹੋਈ ਹੈ ਉਹਨਾਂ ਉੱਤੇ ਕੰਮ ਕਰੇ ਨਾਲ ਦੇ ਨਾਲ ਜਿਹੜੀ ਪਾਰਟੀ ਸੱਤਾ ਦੇ ਵਿੱਚ ਹੈ ਉਹਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਵਿਰੋਧੀ ਧਿਰਾਂ ਨੂੰ ਵੀ ਸੁਣੇ ਤੇ ਜਨਤਾ ਨੂੰ ਵੀ ਸੁਣੇ ਜੋ ਉਹਨਾਂ ਦੀਆਂ ਮੰਗਾਂ ਨੇ ਜੋ ਉਹਨਾਂ ਦੇ ਕਾਰਗੁਜ਼ਾਰੀ ਹੈ ਉਹਨਾਂ ਉਤੇ ਵੀ ਧਿਆਨ ਦੇਵੇ ਯਾਨੀ ਕਿ ਜਨਤਾ ਕੀ ਕਹਿੰਦੀ ਹੈ ਇਹ ਵੀ ਗਵਰਨਮੈਂਟ ਸੁਣੇ ਤਾਂ ਕਿ ਜਨਤਾ ਦੇ ਮੁਤਾਬਿਕ ਗਵਰਨਮੈਂਟ ਪਰਫਾਰਮ ਕਰ ਸਕੇ ਕੰਮ ਕਰ ਸਕੇ ਤੇ ਜੋ ਮੀਡੀਆ ਹੈ ਉਹਦੇ ਵਿੱਚ ਇੱਕ ਰੋਲ ਪਲੇ ਕਰਦਾ ਹੈ ਉਹ ਜਨਤਾ ਦੇ ਵਿੱਚ ਤੇ ਜਿਹੜੀ ਪਾਰਟੀ ਸੱਤਾ ਦੇ ਵਿੱਚ ਹੈ ਉਹਦੇ ਵਿੱਚ ਇੱਕ ਪੁਲ ਦਾ ਕੰਮ ਕਰਦਾ ਹੈ ਇੱਕ ਬ੍ਰਿਜ ਦਾ ਕੰਮ ਕਰਦਾ ਹੈ ਬਹੁਤ ਖੂਬਸੂਰਤ ਸਿਸਟਮ ਹੈ ਬਹੁਤ ਪਿਆਰਾ ਸਿਸਟਮ ਹੈ ਇਹ ਸਾਰੇ ਨੇ ਮਿਲ ਕੇ ਲੋਕਤੰਤਰ ਦੀ ਇਸ ਯਾਤਰਾ ਦੇ ਵਿੱਚ ਸ਼ਾਮਿਲ ਹੋਣਾ ਹੁੰਦਾ ਹੈ ਤੇ ਇਸ ਲੋਕਤੰਤਰ ਦੀ ਯਾਤਰਾ ਨੂੰ ਇੱਕ ਦਿਸ਼ਾ ਵੱਲ ਲੈ ਕੇ ਜਾਣਾ ਹੁੰਦਾ ਹੈ ਜੋ ਸਭ ਦੇ ਲਈ ਪਲਾਈ ਦਾ ਕੰਮ ਕਰਦੀ ਹੈ ਇਹਦੇ ਵਿੱਚ ਸਿਰਫ ਇਹ ਨਹੀਂ ਕਿ ਜੋ ਨਾਗਰਿਕ ਨੇ ਆਪਣੀ ਵੋਟ ਦੇ ਕੇ ਬਿਲਕੁਲ ਵੇਲੇ ਹੋ ਗਏ ਹੁਣ ਉਹਨਾਂ ਦਾ ਕੋਈ ਕੰਮ ਨਹੀਂ ਨਹੀਂ ਬਿਲਕੁਲ ਨਹੀਂ ਜਦੋਂ ਵੋਟ ਦੇ ਦਿੰਦੇ ਨੇ ਉਸ ਤੋਂ ਬਾਅਦ ਤੇ ਉਹਨਾਂ ਦਾ ਕੰਮ ਸ਼ੁਰੂ ਹੁੰਦਾ ਹੈ ਕਿ ਕਿਵੇਂ ਉਹ ਸੱਤਾ ਦੇ ਵਿੱਚ ਬਣੀ ਹੋਈ ਧਿਰ ਦੇ ਨਾਲ ਮਿਲ ਕੇ ਸੱਤਾ ਦੇ ਵਿੱਚ ਬਣੀ ਹੋਈ ਗਵਰਨਮੈਂਟ ਦੇ ਨਾਲ ਮਿਲ ਕੇ ਕੰਮ ਕਰਦੇ ਨੇ ਤੇ ਦੇਸ਼ ਨੂੰ ਇੱਕ ਬਿਹਤਰ ਰੂਪ ਦੇਣ ਦੇ ਵਿੱਚ ਕਾਮਯਾਬ ਹੁੰਦੇ ਨੇ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਹਰ ਦੇਸ਼ ਨੂੰ ਬਿਹਤਰ ਬਣਾਉਣਾ ਪੈਂਦਾ ਹੈ ਉਹਦੇ ਵਿੱਚ ਵਿਰੋਧੀ ਧਿਰ ਵੀ ਹੋਏਗੀ ਉਹਦੇ ਵਿੱਚ ਜਨਤਾ ਵੀ ਹੋਏਗੀ ਉਹਦੇ ਵਿੱਚ ਉਹ ਸੱਤਾ ਦੇ ਵਿੱਚ ਬਣੀ ਹੋਈ ਪਾਰਟੀ ਵੀ ਹੋਏਗੀ ਇਹ ਤਿੰਨੋਂ ਜਣੇ ਮਿਲ ਕੇ ਇੱਕ ਟੀਮ ਵਾਕਣ ਕੰਮ ਕਰਨਗੇ ਤੇ ਦੇਸ਼ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਨਗੇ ਸੋ ਇਬਰਾਹਿਮ ਲਿੰਕਨ ਸਾਹਿਬ ਨੇ ਬੜੀ ਖੂਬਸੂਰਤ ਸੋਚ ਦੇ ਨਾਲ ਇਹ ਜਮਹੂਰੀਅਤ ਦੀ ਪਰਿਭਾਸ਼ਾ ਦਿੱਤੀ ਜਿਹਦੇ ਉੱਤੇ ਚੱਲਣ ਦੀ ਲੋੜ ਹੈ ਹਰ ਦੇਸ਼ ਦੀ ਗਵਰਨਮੈਂਟ ਨੂੰ ਹਰ ਦੇਸ਼ ਦੇ ਨਾਗਰਿਕਾਂ ਨੂੰ ਹਰ ਦੇਸ਼ ਦੀ ਆਪੋਜੀਸ਼ਨ ਪਾਰਟੀ ਨੂੰ ਤੇ ਉਹਦੀ ਸੇਧ ਦਿੰਦਾ ਹੈ ਸਾਨੂੰ ਸਾਰਿਆਂ ਨੂੰ ਸਾਡਾ ਸੰਵਿਧਾਨ ਜੋ ਵੀ ਇਸ ਦੇਸ਼ ਦਾ ਸੰਵਿਧਾਨ ਹੈ ਉਸ ਦੇ ਮੁਤਾਬਿਕ ਚੱਲਣਾ ਹੀ ਜਮਹੂਰੀਅਤ ਹੈ ਉਸ ਦੇ ਮੁਤਾਬਿਕ ਚੱਲਣਾ ਹੀ ਡੈਮੋਕ੍ਰੇਸੀ ਦੀ ਇੱਜ਼ਤ ਕਰਨਾ ਹੈ ਜ਼ਰੂਰੀ ਤੌਰ ਤੇ ਸੰਵਿਧਾਨ ਦੇ ਵਿੱਚ ਸਮੇਂ-ਸਮੇਂ ਦੇ ਵਿੱਚ ਪਰਿਵਰਤਨ ਹੋਣੇ ਚਾਹੀਦੇ ਨੇ ਸੋਧਾਂ ਹੋਣੀਆਂ ਚਾਹੀਦੀਆਂ ਨੇ ਅਮੈਂਡਮੈਂਟਸ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਸਮੇਂ ਦੇ ਨਾਲ ਸੋਚ ਬਦਲਦੀ ਹੈ ਸੋਚ ਦੇ ਨਾਲ ਜ਼ਰੂਰਤਾਂ ਬਦਲਦੀਆਂ ਨੇ ਤੇ ਜ਼ਰੂਰਤਾਂ ਦੇ ਮੁਤਾਬਿਕ ਹੀ ਸੰਵਿਧਾਨ ਦੀ ਰਚਨਾ ਦੇ ਵਿੱਚ ਜਿਹੜੇ ਸੁਧਾਰ ਹੋਣੇ ਚਾਹੀਦੇ ਨੇ ਉਹ ਸੁਧਾਰ ਜ਼ਰੂਰੀ ਤੌਰ ਤੇ ਹੋਣੇ ਚਾਹੀਦੇ ਨੇ ਉਹਦੇ ਉੱਤੇ ਬਹਿਸ ਵੀ ਹੁੰਦੀ ਹੈ ਉਹਦੇ ਉੱਤੇ ਡਿਬੇਟਸ ਵੀ ਹੁੰਦੇ ਨੇ ਜਨਤਾ ਦੇ ਵਿੱਚ ਵਿਰੋਧੀ ਧਿਰਾਂ ਦੇ ਵਿੱਚ ਤੇ ਸੱਤਾ ਦੇ ਵਿੱਚ ਬਣੀ ਹੋਈ ਕਮੈਂਟ ਦੇ ਵਿੱਚ ਫਿਰ ਇੱਕ ਹੋਰ ਰਾਹ ਕੱਢਿਆ ਜਾਂਦਾ ਹੈ ਜਿਸ ਰਾਹ ਦੇ ਉੱਤੇ ਚੱਲ ਕੇ ਦੇਸ਼ ਦੀ ਭਲਾਈ ਹੈ ਸਭ ਦੀ ਭਲਾਈ ਹੈ 10 ਚੀਜ਼ਾਂ ਨੂੰ ਮਿਲ ਕੇ ਇਹ ਪੂਰੀ ਦੀ ਪੂਰੀ ਜਮਹੂਰੀਅਤ ਬਣਦੀ ਹੈ ਇੱਕ ਤ ਹੈ ਨੋਸ਼ਨ ਨੋਸ਼ਨ ਮੀਨਸ ਜੋ ਤੁਹਾਡਾ ਆਈਡੀਆ ਹੈ ਕਿਉਂਕਿ ਇੱਕ ਦੇਸ਼ ਇੱਕ ਆਈਡੀਆ ਹੁੰਦਾ ਹੈ ਇੱਕ ਵਿਚਾਰ ਹੁੰਦਾ ਹੈ ਦੂਸਰਾ ਹੈ ਨੇਸ਼ਨ ਨੋਸ਼ਨ ਤੋਂ ਬਣਿਆ ਨੇਸ਼ਨ ਨੇਸ਼ਨ ਦੇ ਨਾਲ ਹੁੰਦੇ ਨੇ ਨੇਟਿਵਸ ਜੋ ਉੱਥੋਂ ਦੇ ਰਹਿਣ ਵਾਲੇ ਨੇ ਨੇਸ਼ਨ ਤਾਂ ਹੀ ਬਣਦਾ ਜਦੋਂ ਨੇਟਿਵਸ ਨਾਲ ਨੇ ਕਿਉਂਕਿ ਲੋਕਾਂ ਦੇ ਨਾਲ ਹੀ ਨੇਸ਼ਨ ਬਣੇਗਾ ਤਾਂ ਦੇਸ਼ ਕੀ ਹੈ ਦੇਸ਼ ਇੱਕ ਵਿਚਾਰ ਤਾਰਾ ਹੈ ਦੇਸ਼ ਲੋਕ ਨੇ ਤੇ ਲੋਕਾਂ ਦੀ ਵਿਚਾਰਤਾ ਰੱਖੀ ਹੋਣੀ ਚਾਹੀਦੀ ਹੈ ਉਹ ਦੱਸਿਆ ਜਾਂਦਾ ਹੈ ਸੰਵਿਧਾਨ ਦੇ ਵਿੱਚ ਦਾ ਨੋਸ਼ਨ ਨੇਸ਼ਨ ਨੇਟਿਵਸ ਇਹ ਸਭ ਮਿਲ ਕੇ ਬਣਾਉਂਦੇ ਨੇ ਇੱਕ ਪੂਰੀ ਦੀ ਪੂਰੀ ਤਸਵੀਰ ਜੋ ਜਮਹੂਰੀਅਤ ਦੀ ਡੈਮੋਕ੍ਰੇਸੀ ਦੀ पूरी तस्वीर होंगी है और उसके मुताबिक चलन वास्ते मिलता है संविधान जो सू सही राह दिखाता है जिदेज समय समय के उ अपने विचार होर भी शामिल करते हाँ जो बुद्धिजीवी ने जो राजनीति करण वाले बहुत व्डे सलाहकार ने जो प्रोफेसरस ने यूनिवर्सिटीज़ के जो आम नागरिक ने देश के दे, जो विरोधी तुरंत इंटलैक्चुअल्स ने यानी कि सारे बेहतरीन दिमाग मिल के सारे इंटैलीजेंट ब्रेनज़ मिलकर ਆਪਣੇ ਐਕਸਪੀਰੀਅੰਸ ਦੇ ਨਾਲ ਆਪਣੀ ਹੱਡ ਬੀਤੀ ਦੇ ਨਾਲ ਉਹ ਸਾਰੇ ਸੁਧਾਰ ਕਰਦੇ ਨੇ ਜੋ ਜ਼ਰੂਰੀ ਹੁੰਦੇ ਨੇ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਪੂਰੀ ਦੁਨੀਆ ਦੇ ਵਿੱਚ ਇਹ ਸਭ ਹੋ ਰਿਹਾ ਹੈ ਜਾਂ ਨਹੀਂ ਹੋ ਰਿਹਾ ਪੂਰੀ ਦੁਨੀਆ ਦੇ ਵਿੱਚ ਕੀ ਹਾਲ ਹੈ ਜਮਹੂਰੀਅਤ ਦਾ ਡੈਮੋਕ੍ਰੇਸੀ ਦਾ ਉਹ ਅਸੀਂ ਸਭ ਸਮਝਦੇ ਹਾਂ ਕਿ ਡੈਮੋਕ੍ਰੇਸੀ ਸਿਰਫ ਉਤੋਂ ਦਿਖਾਈ ਦਿੰਦੀ ਹੈ ਅੰਦਰੋਂ ਹਰ ਥਾਂ ਦੇ ਉੱਤੇ ਤਾਨਾशाही ਚੱਲਦੀ ਪਈ ਹੈ ਔਰ ਤਾਨਾਸ਼ਾਹੀ ਨੂੰ ਇਸ ਖੂਬਸੂਰਤੀ ਨਾਲ ਪੇਸ਼ ਕੀਤਾ ਜਾ ਰਿਹਾ ਹੈ ਪੂਰੀ ਦੁਨੀਆ ਦੇ ਮੁਲਕਾਂ ਦੇ ਵਿੱਚ ਕਿ ਉਹ ਡੈਮੋਕ੍ਰੇਸੀ ਲੱਗਦੀ ਹੈ ਸੋ ਇਹ ਵਿਚਾਰ ਨੇ ਸਾਰੇ ਨਾਗਰਿਕਾਂ ਦੇ ਜੋ ਇਸ ਦੁੱਖ ਨੂੰ ਮਹਿਸੂਸ ਕਰਦੇ ਪਏ ਨੇ ਕਿ ਡੈਮੋਕ੍ਰੇਸੀ ਕਿਤੇ ਨਜ਼ਰ ਨਹੀਂ ਆ ਰਹੀ ਹਰ ਥਾਂ ਦੇ ਉੱਤੇ ਤਾਨਾਸ਼ਾਹੀ ਨਜ਼ਰ ਆ ਰਹੀ ਹੈ ਔਰ ਸਾਰੀ ਦੁਨੀਆ ਦੇ ਵਿੱਚ ਤਾਨਾਸ਼ਾਹੀ ਨੂੰ ਡੈਮੋਕ੍ਰੇਸੀ ਦੀ ਯੂਨੀਫਾਰਮ ਪਵਾ ਕੇ ਤਾਨਾਸ਼ਾਹੀ ਨੂੰ ਬੜੀ ਖੂਬਸੂਰਤੀ ਨਾਲ ਡੈਮੋਕ੍ਰੇਸੀ ਦੇ ਰੂਪ ਦੇ ਵਿੱਚ ਪਰਦਰshit ਕੀਤਾ ਜਾ ਰਿਹਾ ਹੈ ਤੇ ਇਸ ਕਰਕੇ ਲੋਕ ਕਿਤੇ ਨਾ ਕਿਤੇ ਤੰਗ ਵੀ ਨੇ ਨਿਰਾਸ਼ ਵੀ ਨੇ ਤੇ ਇੱਕ ਬਦਲਾਅ ਵੀ ਚਾਹੁੰਦੇ ਨੇ ਰਾਜਨੀਤੀ ਕੀ ਹੈ ਰਾਜਨੀਤੀ ਹੈ ਰਾਜ ਨੂੰ ਚਲਾਉਣ ਦੀ ਨੀਤੀ ਤੇ ਅਸੀਂ ਜਾਣਦੇ ਆ ਨੀਤੀ ਕੀ ਹੁੰਦੀ ਹੈ ਨੀਤੀ ਹੁੰਦੀ ਹੈ ਸੱਚਾਈ ਦੇ ਉੱਤੇ ਆਧਾਰਿਤ ਨੀਤੀ ਹੁੰਦੀ ਹੈ ਸਭ ਦੇ ਪੱਖ ਦੀ ਗੱਲ ਕਰਨ ਵਾਲੀ ਨੀਤੀ ਹੁੰਦੀ ਹੈ ਸਾਰੇ ਨਾਗਰਿਕਾਂ ਦੇ ਪੱਖ ਦੀ ਗੱਲ ਕਰਨ ਵਾਲੀ ਤੇ ਨਾਗਰਿਕ ਕੌਣ ਹੁੰਦੇ ਨੇ ਨਾਗਰਿਕ ਆਮ ਲੋਕ ਵੀ ਨੌਕਰਿਕ ਨੇ ਜੇ ਜੋ ਸੱਤਾ ਵਿੱਚ ਬੈਠੇ ਹੋਏ ਨੇ ਉਹ ਵੀ ਨਾਗਰਿਕ ਨੇ ਕਿਉਂਕਿ ਲੋਕਤੰਤਰ ਦੇ ਵਿੱਚ ਅਸੀਂ ਸਾਰੇ ਹੀ ਨਾਗਰਿਕਾਂ ਵਿਰੋਧੀ ਧਿਰ ਵੀ ਨਾਗਰਿਕ ਹੈ ਕਿਉਂਕਿ ਇਹ ਬਣਦੀ ਹੀ ਨਾਗਰਿਕਾਂ ਦੇ ਆਧਾਰ ਦੇ ਉੱਤੇ ਹੈ ਉਹਨੂੰ ਹੀ ਅਸੀਂ ਕਹਿੰਦੇ ਹਾਂ ਲੋਕਤੰਤਰ ਉਹਨੂੰ ਹੀ ਅਸੀਂ ਕਹਿੰਦੇ ਹਾਂ ਲੋਕ ਰਾਜ ਸੋ ਸੱਤਾ ਦੇ ਵਿੱਚ ਬਣੀ ਹੋਈ ਪਾਰਟੀ ਕੀ ਕਰ ਰਹੀ ਹੈ ਵਿਰੋਧੀ ਧਿਰਾਂ ਕੀ ਕਰ ਰਹੀਆਂ ਨੇ ਆਮ ਨਾਗਰਿਕ ਕੀ ਕਰ ਰਹੇ ਨੇ ਰਾਜਨੀਤੀ ਕੀ ਕਹਿ ਰਹੀ ਹੈ ਰਾਜਨੀਤੀ ਦਾ ਸਿਰਫ ਆਪਣਾ ਫਾਇਦਾ ਦੇਖ ਰਹੀ ਹੈ ਨਾਗਰਿਕਾਂ ਦੀ ਸੋਚ ਦੀ ਨਹੀਂ ਪਈ ਰਾਜਨੀਤੀ ਸਿਰਫ ਉਹਨਾਂ ਦਾ ਫਾਇਦਾ ਦੇਖ ਰਹੀ ਹੈ ਜੋ ਉਹਨਾਂ ਨੂੰ ਫਾਇਦਾ ਦੇ ਰਹੇ ਨੇ ਉਹ ਵੱਡੇ ਵੱਡੇ ਬਿਜ਼ਨਸ ਹਾਊਸਸ ਵੱਡੇ ਵੱਡੇ ਕਾਰਪੋਰੇਟ ਹਾਊਸਸ ਉਹਨਾਂ ਦਾ ਫਾਇਦਾ ਦੇਖ ਰਹੀ ਹੈ ਆਮ ਲੋਕਾਂ ਦਾ ਫਾਇਦਾ ਨਹੀਂ ਦੇਖ ਰਹੀ ਆਮ ਲੋਕਾਂ ਨੂੰ ਸਿਰਫ ਵਾਦੇ ਪਰ ਉਸੇ ਆਮ ਲੋਕਾਂ ਨੂੰ ਸਿਰਫ ਇੱਕ ਗੱਲਾਂ ਕੀਤੀਆਂ ਜਾਂਦੀਆਂ ਨੇ ਕਿ ਸਾਨੂੰ ਇੱਕ ਵਾਰੀ ਤੁਸੀਂ ਸੱਤਾ 'ਚ ਲੈ ਕੇ ਆਓ ਅਸੀਂ ਤੁਹਾਡੇ ਵਾਸਤੇ ਇਹ ਕਰਾਂਗੇ ਤੁਹਾਡਾ ਫਾਇਦਾ ਕਰਾਂਗੇ ਤੇ ਜਦੋਂ ਸੱਤਾ 'ਚ ਆ ਜਾਂਦੇ ਨੇ ਉਸ ਤੋਂ ਬਾਅਦ ਉਹ ਫਾਇਦੇ ਕਿਤੇ ਵੀ ਦਿਖਾਈ ਨਹੀਂ ਦਿੰਦੇ ਜਦੋਂ ਅਸੀਂ ਇਤਿਹਾਸ ਦੇਖਦੇ ਹਾਂ ਤਾਂ ਇਹ ਸਚਾਈ ਸਾਡੇ ਸਾਹਮਣੇ ਆਉਂਦੀ ਹੈ ਜਿਸ ਨੂੰ ਮਾਹਿਰ ਵੀ ਮੰਨਦੇ ਨੇ ਤੇ ਜਨਤਾ ਵੀ ਮੰਨਦੀ ਹੈ ਕਿ ਕੀਤੇ ਹੋਏ ਵਾਅਦੇ ਪੂਰੇ ਨਹੀਂ ਕੀਤੇ ਗਏ ਔਰ ਅਸੀਂ ਸਾਰੇ ਨਿਰਾਸ਼ ਹੋਏ ਹਾਂ ਤਾਂ ਵਿਰੋਧੀ ਧਿਰਾਂ ਉਸ ਵੇਲੇ ਤਾਂ ਬਹੁਤ ਸਵਾਲ ਉਠਾਉਂਦੀਆਂ ਨੇ ਕਿ ਜਿਹੜੀ ਪਾਰਟੀ ਸੱਤਾ 'ਚ ਹੈ ਉਹ ਇਹ ਕੰਮ ਨਹੀਂ ਕਰ ਰਹੀ ਜੋ ਉਸਨੇ ਵਾਅਦੇ ਕੀਤੇ ਸੀ ਪਰ ਜਦੋਂ ਉਸ ਵਿਰੋਧੀ ਧਿਰ ਨੂੰ ਫੇਰ ਤੋਂ ਮੌਕਾ ਮਿਲਦਾ ਹੈ ਖੁਦ ਸੱਤਾ ਵਿਚ ਆਣ ਦਾ ਤੇ ਉਹ ਵੀ ਉਹੀ ਇਤਿਹਾਸ ਧੁਰਾਉਂਦੀ ਹੈ ਜੋ ਪਹਿਲਾਂ ਵਿੱਚ ਸੱਤਾ ਵਿੱਚ ਬਣੀ ਹੋਈ ਪਾਰਟੀ ਨੇ ਕੀਤਾ ਹੈ ਉਹੀ ਕੰਮ ਵਿਰੋਧੀ ਧਿਰ ਵੀ ਕਰਦੀ ਹੈ ਤਾਂ ਗੱਲ ਕਿੱਥੇ ਆਈ ਗੱਲ ਆਈ ਮੌਕਾ ਪ੍ਰਸਤੀ ਦੇ ਉੱਤੇ ਗੱਲ ਆਈ ਇੱਕ ਦੂਜੇ ਦੇ ਉੱਤੇ ਚਿੱਕੜ ਸੁੱਟਣ ਦੇ ਉੱਤੇ ਗੱਲ ਕਿੱਥੇ ਆਈ ਇੱਕ ਦੂਜੇ ਦੀ ਜਾਸੂਸੀ ਕਰਨ ਦੇ ਉੱਤੇ ਗੱਲ ਕਿੱਥੇ ਆਈ ਇੱਕ ਦੂਜੇ ਨੂੰ ਤਾਣੇ ਦੇਣ ਦੇ ਉੱਤੇ ਗੱਲ ਕਿੱਥੇ ਆਈ ਕਿ ਆਪਣੇ ਆਪਸ ਦੇ ਮਸਲੇ ਹੀ ਨਹੀਂ ਸੁਲਝਦੇ ਪਏ ਤਾਂ ਲੋਕਾਂ ਦਾ ਭਲਾ ਕਰਨਾ ਕਿੱਥੋਂ ਹੈ ਲੋਕਾਂ ਦਾ ਭਲਾ ਕਰਨ ਦਾ ਸਮਾਂ ਕਿੱਥੇ ਹੈ ਲੋਕਾਂ ਦਾ ਭਲਾ ਕਰਨ ਦਾ ਵਿਚਾਰ ਕਿੱਥੇ ਹੈ ਤੇ ਜਿਨ੍ਹਾਂ ਰਾਜਨੀਤਿਕ ਕਰਨ ਵਾਲਿਆਂ ਦੇ ਵਿੱਚ ਲੋਕਾਂ ਦਾ ਭਲਾ ਕਰਨ ਦਾ ਵਿਚਾਰ ਹੈ ਲੋਕਾਂ ਦੇ ਭਲੇ ਦੀ ਮਨਸ਼ਾ ਲੈ ਕੇ ਉਹ ਆਏ ਹੋਏ ਨੇ ਉਹਨਾਂ ਨੂੰ ਕੰਮ ਕਰਨ ਦਿੱਤਾ ਜਾ ਰਿਹਾ ਹੈ ਉਹਨਾਂ ਨੂੰ ਚੱਲਣ ਦਿੱਤਾ ਜਾ ਰਿਹਾ ਹੈ ਉਹ ਉਹ ਸਭ ਕੁਝ ਕਰ ਸਕਦੇ ਪਏ ਨੇ ਜੋ ਸੋਚ ਕੇ ਆਏ ਨੇ ਕਿ ਅਸੀਂ ਜਦੋਂ ਪਾਵਰ ਚ ਆਵਾਂਗੇ ਉਹ ਕਰਾਂਗੇ ਉਹ ਭਲੇ ਲੋਕ ਕਰਨ ਕੀ ਕਿਉਂਕਿ ਉਹਨਾਂ ਨੂੰ ਬਾਕੀ ਦੇ ਜਿਹੜੇ ਕਲੀਗਸ ਨੇ ਉਹ ਕੰਮ ਕਰਨ ਨਹੀਂ ਦਿੰਦੇ ਪਰ ਜੋ ਰਾਜਨੀਤਿਕ ਕਰਨ ਵਾਲੇ ਜੋ ਪਾਵਰ ਵਿੱਚ ਬਣੇ ਹੋਏ ਲੋਕ ਇਹ ਕੰਮ ਕਰ ਸਕਦੇ ਨੇ ਜਿਸ ਦੇ ਵਿੱਚ ਸਭ ਦੀ ਭਲਾਈ ਹੈ ਜਨਤਾ ਦੀ ਭਲਾਈ ਹੈ ਤਾਂ ਅਸੀਂ ਕਵਾਂਗੇ ਬੜੇ ਖੁਸ਼ਕਿਸਮਤ ਨੇ ਪਰਮਾਤਮਾ ਦੀ ਉਹਨਾਂ ਦੇ ਉੱਤੇ ਮਿਹਰ ਹੈ ਕਿ ਉਹ ਐਸੇ ਕੰਮ ਕਰਨ ਵਿੱਚ ਕਾਮਯਾਬ ਹੋ ਰਹੇ ਨੇ ਜਿਦੇ ਵਿੱਚ ਲੋਕਾਂ ਦੀ ਭਲਾਈ ਹੈ ਸੋ ਰਾਜਨੀਤੀ ਸਕੁੱਲ ਮਿਲਾ ਕੇ ਮੌਕਾ ਪ੍ਰਸਤੀ ਬਣ ਗਈ ਹੈ ਰਾਜਨੀਤੀ ਕੁੱਲ ਮਿਲਾ ਕੇ ਇਹ ਬਣ ਗਈ ਹੈ ਕਿ ਅਸੀਂ ਭਾਵੇਂ 2 ਸਾਲ ਪਹਿਲਾਂ 1 ਸਾਲ ਪਹਿਲਾਂ 2 ਮਹੀਨੇ ਪਹਿਲਾਂ 1 ਮਹੀਨੇ ਪਹਿਲਾਂ ਆਪਸ ਵਿੱਚ ਦੁਸ਼ਮਣ ਸੀ ਪਰ ਅਜ ਅਸੀਂ ਦੇਖਦੇ ਹਾਂ ਕਿ ਸੱਤਾ ਦੇ ਖੇਲ ਵਿੱਚ ਸ਼ਾਮਿਲ ਹੋਣਾ ਹੈ ਸੱਤਾ ਦਾ ਫਾਇਦਾ ਲੈਣਾ ਹੈ ਸੱਤਾ ਵਿੱਚ ਆਉਣਾ ਹੈ ਤਾਂ ਅਸੀਂ ਜੱਫੀਆਂ ਪਾ ਕੇ ਦੋਸਤ ਬਣ ਜਾਂਦੇ ਹਾਂ ਇਹ ਮੌਕਾ ਪ੍ਰਸਤੀ ਤੇ ਲੋਕਾਂ ਨੂੰ ਅਸੀਂ ਪਰਮਾ ਲਵਾਵਾਂਗੇ ਗੱਲਾਂ ਦੇ ਨਾਲ ਕਿਉਂਕਿ ਸਾਡੇ ਕੋਲ ਪੂਰੀ ਟੀਮ ਹੈਗੀ ਹੈ ਮਾਰਕੀਟਿੰਗ ਟੀਮ ਹੈਗੀ ਹੈ ਜੋ ਸੋਸ਼ਲ ਮੀਡੀਆ ਦੇ ਜ਼ਰੀਏ ਮੀਡੀਆ ਦੇ ਜ਼ਰੀਏ ਉਹਨਾਂ ਨੂੰ ਸਾਡੇ ਵੱਲ ਖਿੱਚ ਲਏਗੀ ਤੇ ਸਾਡੀਆਂ ਕਮਜ਼ੋਰੀਆਂ ਦੇ ਉੱਤੇ ਪਰਦਾ ਪਾ ਦੇਗੀ ਸਾਡੀ ਮੌਕਾ ਪ੍ਰਸਤੀ ਦੇ ਉੱਤੇ ਪਰਦਾ ਪਾ ਦੇਗੀ ਤੇ ਸਾਨੂੰ ਇਹ ਦਰਸ਼ਾਣ ਵਿੱਚ ਸਾਨੂੰ ਇਹ ਦਿਖਾਉਣ ਵਿੱਚ ਕਾਮਯਾਬ ਹੋ ਜਾਏਗੀ ਕਿ ਅਸੀਂ ਤੁਹਾਡੇ ਮਸੀਹ ਹਾਂ ਹਾਂ ਔਰ ਸਾਡੇ ਹੱਥੋਂ ਹੀ ਤੁਹਾਡੀ ਭਲਾਈ ਹੋ ਸਕਦੀ ਹੈ ਹੋਰ ਕੋਈ ਤੁਹਾਡੀ ਭਲਾਈ ਕਰ ਨਹੀਂ ਸਕਦਾ ਤਾਂ ਇਸੇ ਤਰ੍ਹਾਂ ਦੀ ਸਿਆਸਤ ਨੇ ਕਿਸੇ ਵੇਲੇ ਵੰਡੀਆਂ ਪਾਈਆਂ ਸੀ ਭਾਰਤ ਤੇ ਪਾਕਿਸਤਾਨ ਬਣਾ ਦਿੱਤਾ ਔਰ ਇਸੇ ਤਰ੍ਹਾਂ ਦੀ ਸਿਆਸਤ ਅੱਗੇ ਵੀ ਵੰਡੀਆਂ ਪਾਉਂਦੀ ਪਈ ਹੈ ਕਈ ਮੁਲਕਾਂ ਦੇ ਵਿੱਚ ਅਸੀਂ ਦੇਖਦੇ ਪਏ ਹਾਂ ਇਦਾਂ ਦੀਆਂ ਧਿਰਾਂ ਇਕੱਠੀਆਂ ਹੋ ਗਈਆਂ ਇਦਾਂ ਦੀਆਂ ਧਿਰਾਂ ਖੜੀਆਂ ਹੋ ਗਈਆਂ ਨੇ ਜਿਹੜੀਆਂ ਆਪਣੀ ਹੀ ਦੇਸ਼ ਦੀ ਸਰਕਾਰ ਦੇ ਵਿਰੁੱਧ ਨੇ ਆਪਣੀ ਹੀ ਕੌਮ ਦੇ ਵਿਰੁੱਧ ਨੇ ਇਹ ਸਭ ਵੰਡੀਆਂ ਪਾਣ ਦੀ ਜੋ ਰਾਜਨੀਤੀ ਚੱਲ ਰਹੀ ਹੈ ਇਹ ਕਿਸੇ ਵਾਸਤੇ ਵੀ ਪਲਾਈ ਦੀ ਰਾਜਨੀਤੀ ਨਹੀਂ ਹੈ ਨਾ ਇਹ ਲੋਕਾਂ ਵਾਸਤੇ ਤੇ ਨਾ ਉਹਨਾਂ ਵਾਸਤੇ ਜਿਹੜੇ ਇਹ ਵੰਡੀਆਂ ਪਾ ਰਹੇ ਨੇ ਚਾਹੇ ਉਹ ਜਾਤ ਪਾਤ ਦੇ ਚਾਹੇ ਉਹ ਧਰਮ ਦੇ ਚਾਹੇ ਉਹ ਬੋਲੀ ਦੇ ਚਾਹੇ ਉਹ ਇਲਾਕੇ ਦੇ ਆਧਾਰ ਤੇ ਵੰਡੀਆਂ ਪਾ ਰਹੇ ਨੇ ਕੁਝ ਵੀ ਕਰਕੇ ਵੰਡੀਆਂ ਪਾ ਰਹੇ ਨੇ ਇਹ ਵੰਡੀਆਂ ਕਦੇ ਕਿਸੇ ਦੇ ਵਾਸਤੇ ਫਾਇਦੇਮੰਦ ਸਾਬਤ ਨਹੀਂ ਹੁੰਦੀਆਂ ਕਿਉਂਕਿ ਇਹਨਾਂ ਦਾ ਖਾਮਿਆਜ਼ਾ ਆਉਣ ਵਾਲੀ ਜਨਰੇਸ਼ਨ ਨੂੰ ਪੜਨਾ ਪੈਂਦਾ ਹੈ ਆਉਣ ਵਾਲੀ ਜਨਰੇਸ਼ਨਸ ਨੂੰ ਇਸ ਦਾ ਨੁਕਸਾਨ ਹੁੰਦਾ ਹੈ ਭਵਿੱਖ ਸੁਨਹਿਰਾ ਹੋਣ ਦੀ ਬਜਾਏ ਭਵਿੱਖ ਕਾਲਾ ਹੋ ਜਾਂਦਾ ਹੈ ਇਹਨਾਂ ਗੱਲਾਂ ਨੂੰ ਸਮਝਦੇ ਹੋਏ ਸਾਨੂੰ ਰਾਜਨੀਤੀ ਤੋਂ ਉੱਪਰ ਉੱਠਣਾ ਚਾਹੀਦਾ ਹੈ ਸਾਨੂੰ ਪੋਲਿਟਿਸ਼ੀਅਨ ਬਣਨ ਦੀ ਬਜਾਏ ਸਟੇਟਸਮੈਨ ਬਣਨਾ ਚਾਹੀਦਾ ਹੈ ਪੋਲਿਟਿਸ਼ੀਅਨ ਉਹ ਹੁੰਦਾ ਹੈ ਜਿਹੜੀਆਂ ਅਗਲੀਆਂ ਇਲੈਕਸ਼ਨਸ ਹੋਣ ਵਾਲੀਆਂ ਨੇ ਸਿਰਫ ਉਹਨਾਂ ਬਾਰੇ ਸੋਚਦਾ ਹੈ ਪਰ ਸਟੇਟਸਮੈਨ ਉਹ ਹੁੰਦਾ ਹੈ ਜਿਹੜਾ ਆਉਣ ਵਾਲੀ ਜਨਰੇਸ਼ਨ ਬਾਰੇ ਸੋਚਦਾ ਹੈ ਆਉਣ ਵਾਲੇ ਨਾਗਰਿਕਾਂ ਵਾਲੀ ਸੋਚਦਾ ਹੈ ਆਉਣ ਵਾਲੀ ਪੀੜੀ ਬਾਰੇ ਸੋਚਦਾ ਹੈ ਜਿਸ ਦਾ ਸਾਡੇ ਸ਼ਹੀਦਾਂ ਨੇ ਸਾਨੂੰ ਸਮਝਾਇਆ ਹੈ ਇਸ ਤੋਂ ਵੱਡੀ ਐਗਜ਼ਾਮਪਲ ਆਉਂਦੀ ਹੈ ਸਾਡੇ ਸਾਹਮਣੇ ਸ਼ਹੀਦ ਆਜ਼ਮ ਭਗਤ ਸਿੰਘ ਦੀ ਕਦੀ ਉਹਨਾਂ ਨੂੰ ਪੜਿਆ ਇਹ ਗਿਣਨ ਨੂੰ ਪੜ੍ਹ ਕੇ ਦੇਖੋ ਕਿ ਆਉਣ ਵਾਲੀ ਜਨਰੇਸ਼ਨ ਬਾਰੇ ਉਹ ਕੀ ਕੁਝ ਕਹਿੰਦੇ ਨੇ ਤਾਂ ਜੋ ਅੱਜ ਦੀ ਰਾਜਨੀਤੀ ਕਰਨ ਵਾਲੇ ਮੌਕਾਪਰਸਤ ਰਾਜਨੀਤੀ ਕਰਨ ਵਾਲੇ ਲੋਕ ਨੇ ਰਾਜਨੀਤੀ ਦੇ ਵਿੱਚ ਆਏ ਹੋਏ ਉਹਨਾਂ ਨੂੰ ਭਗਤ ਸਿੰਘ ਨੂੰ ਪੜ੍ਹਨਾ ਚਾਹੀਦਾ ਹੈ ਜਿਸ ਨੇ ਸਾਰੀ ਜਾਨ ਵਾਰ ਦਿੱਤੀ ਆਪਣੇ ਦੇਸ਼ ਦੇ ਉੱਤੇ ਜਿਸ ਨੇ ਇਹ ਫਲਸਫਾ ਦਿੱਤਾ ਕਿ ਤੁਸੀਂ ਦੇਸ਼ ਤੋਂ ਉੱਤੇ ਨਹੀਂ ਹੋ ਸਕਦੇ ਦੇਸ਼ ਰਹੇਗਾ ਭਾਵੇਂ ਤੁਸੀਂ ਨਾ ਰਹੋ ਜਾਂ ਰਹੋ ਦੇਸ਼ ਹਮੇਸ਼ਾ ਸੀ ਤੁਹਾਡੇ ਹੋਣ ਤੋਂ ਪਹਿਲਾਂ ਵੀ ਸੀ ਤੁਹਾਡੇ ਹੋਣ ਤੋਂ ਬਾਅਦ ਵੀ ਦੇਸ਼ ਨੇ ਰਹਿਣਾ ਹੈ ਇਸ ਕਰਕੇ ਦੇਸ਼ ਬਾਰੇ ਸੋਚੋ ਆਪਣੇ ਬਾਰੇ ਨਾ ਸੋਚੋ ਸੋਚੋ ਤੇ ਸਿਰਫ ਦੇਸ਼ ਦਾ ਸੋਚੋ ਤੇ ਸਿਰਫ ਦੇਸ਼ ਦੇ ਲੋਕਾਂ ਦਾ ਜੇ ਉਹਦੇ ਵਾਸਤੇ ਆਪਣੀ ਜਾਨ ਵੀ ਵਾਰ ਨੀ ਪਵੇ ਤਾਂ ਜ਼ਰੂਰ ਵਾਰ ਦਿਓ ਕਿਉਂਕਿ ਉਹਦੇ ਵਿੱਚ ਹੀ ਦੇਸ਼ ਦਾ ਸੁਨਹਿਰੀ ਭਵਿੱਖ ਹੈ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਜੀ ਨੇ ਇੱਕ ਨਾਰਾ ਦਿੱਤਾ ਜੈ ਜਵਾਨ ਜੈ ਕਿਸਾਨ ਤੇ ਬਿਲਕੁਲ ਠੀਕ ਗੱਲ ਹੈ ਕਿਸੇ ਵੀ ਦੇਸ਼ ਨੂੰ ਬਚਾਉਣ ਵਿੱਚ ਕਿਸੇ ਵੀ ਦੇਸ਼ ਨੂੰ ਚਲਾਉਣ ਦੇ ਵਿੱਚ ਜਵਾਨ ਤੇ ਕਿਸਾਨ ਦੋਵਾਂ ਦਾ ਹਿੱਸਾ ਯੋਗ ਹੁੰਦਾ ਹੈ ਜੇ ਜਵਾਨ ਤੇ ਕਿਸਾਨ ਨਾ ਹੋਣ ਤੇ ਦੇਸ਼ ਨਹੀਂ ਚੱਲ ਸਕਦਾ ਕਿਸਾਨ ਦੇਸ਼ ਦਾ ਢਿੱਡ ਪਰਦਾ ਤੇ ਜਵਾਨ ਦੇਸ਼ ਦੀ ਰਾਖੀ ਕਰਦਾ ਹੈ ਦੇਸ਼ ਦੀ ਅਜਨਾਨਾਂ ਦੀ ਰਾਖੀ ਕਰਦਾ ਹੈ ਹੁਣ ਸਵਾਲ ਇਹ ਹੈ ਕਿ ਅਸੀਂ ਕਿਸਾਨਾਂ ਦਾ ਕੀ ਹਾਲ ਕਰਦੇ ਹਾਂ ਸਵਾਲ ਇਹ ਹੈ ਕਿ ਅਸੀਂ ਜਵਾਨਾਂ ਦਾ ਕੀ ਹਾਲ ਕਰਦੇ ਹਾਂ ਬੇਸ਼ੱਕ ਉਹਨਾਂ ਨੂੰ ਬਹੁਤ ਸਹੂਲਤਾਂ ਮਿਲੀਆਂ ਹੋਈਆਂ ਨੇ ਬਹੁਤ ਆਦਰ ਸਤਿਕਾਰ ਹੁੰਦਾ ਹੈ ਫਿਰ ਵੀ ਕਿਤਨਾ ਕਿਤੇ ਜਾ ਕੇ ਅਸੀਂ ਦੇਖਦੇ ਹਾਂ ਕਿ ਉਹਨਾਂ ਨੂੰ ਸ਼ਿਕਾਇਤਾਂ ਨੇ ਔਰ ਕਿਸਾਨਾਂ ਦੀਆਂ ਸ਼ਿਕਾਇਤਾਂ ਤਾਂ ਹੁਣ ਸਾਰੀ ਦੁਨੀਆ ਦੇ ਸਾਹਮਣੇ ਆ ਚੁੱਕੀਆਂ ਨੇ ਕਿਸਾਨ ਅੰਦੋਲਨ ਦੇ ਰੂਪ ਦੇ ਵਿੱਚ ਤੇ ਜੇ ਗਹਿਰਾਈ ਦੇ ਵਿੱਚ ਜਾ ਕੇ ਦੇਖੀਏ ਤਾਂ ਜੋ ਜਵਾਨ ਨੇ ਉਹਨਾਂ ਨੂੰ ਵੀ ਕਈ ਸ਼ਿਕਾਇਤਾਂ ਨੇ ਉਹਨਾਂ ਵੱਲ ਵੀ ਸਾਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਉਹ ਸ਼ਿਕਾਇਤਾਂ ਕੀ ਨੇ ਉਹਨਾਂ ਸ਼ਿਕਾਇਤਾਂ ਨੂੰ ਕਿੱਦਾਂ ਦੂਰ ਕੀਤਾ ਜਾਏ ਕਿਉਂਕਿ ਜਿਸ ਦੇਸ਼ ਦੇ ਵਿੱਚ ਜਵਾਨ ਸਵਸਥ ਨੇ ਜਿਸ ਦੇਸ਼ ਦੇ ਵਿੱਚ ਕਿਸਾਨ ਸਵਸਥ ਨੇ ਉਹ ਦੇਸ਼ ਆਪਣੇ ਆਪ ਹੀ ਸਵਸਥ ਰਹਿੰਦਾ ਹੈ ਕਿਉਂਕਿ ਕਿਸਾਨ ਔਰ ਜਵਾਨ ਮਿਲ ਕੇ ਹੀ ਦੇਸ਼ ਨੂੰ ਸਵਸਥ ਰੱਖਦੇ ਨੇ ਇਸ ਕਰਕੇ ਆਓ ਆਪਾ ਪੂਰੀ ਦੁਨੀਆ ਦੇ ਵਿੱਚ ਆਪਣੇ ਕਿਸਾਨਾਂ ਦਾ ਆਪਣੇ ਜਵਾਨਾਂ ਦਾ ਸਤਿਕਾਰ ਕਰੀਏ ਉਹਨਾਂ ਦੇ ਸਾਹਮਣੇ ਸਿਰ ਚੁਕਾਈਏ ਉਹਨਾਂ ਦਾ ਆਦਰ ਕਰੀਏ ਤੇ ਆਪਣੇ ਬੱਚਿਆਂ ਨੂੰ ਵੀ ਇਸ ਗੱਲ ਦੀ ਸਿੱਖਿਆ ਦੇਈਏ ਤੇ ਇਹ ਵੀ ਦੇਖਿਆ ਜਾਂਦਾ ਹੈ ਕਿ ਸਕੂਲ ਦੇ ਵਿੱਚ ਹੀ ਸ਼ੁਰੂ ਤੋਂ ਹੀ ਬਲਕਿ ਘਰਾਂ ਤੋਂ ਹੀ ਇਹ ਸਿੱਖਿਆ ਮਿਲਣੀ ਚਾਹੀਦੀ ਹੈ ਮਾਪੇ ਤੋਂ ਹੀ ਆਪਣੇ ਬੱਚਿਆਂ ਨੂੰ ਕਿ ਬੇਟਾ ਕਿ ਮੇਰੇ ਬੱਚੋ ਸੁਣੋ ਹਮੇਸ਼ਾ ਕਿਸਾਨਾਂ ਦਾ ਤੇ ਜਵਾਨਾਂ ਦਾ ਸਤਿਕਾਰ ਕਰੋ ਔਰ ਇਹ ਚੀਜ਼ਾਂ ਸਾਡੇ ਸਕੂਲ ਦੇ ਸਿਲੇਬਸ ਵਿੱਚ ਵੀ ਹੋਣੀਆਂ ਚਾਹੀਦੀਆਂ ਨੇ ਕਾਲਜ ਯੂਨੀਵਰਸਿਟੀਾਂ ਹਾਇਰ ਐਜੂਕੇਸ਼ਨ ਦੇ ਸਿਲੇਬਸ ਵਿੱਚ ਵੀ ਹੋਣੀਆਂ ਚਾਹੀਦੀਆਂ ਨੇ ਕਿ ਦੁਨੀਆ ਭਰ ਦੇ ਕਿਸਾਨ ਕੀ ਕਰ ਰਹੇ ਨੇ ਕੀ ਨਵੀਆਂ ਖੋਜਾਂ ਹੋ ਰਹੀਆਂ ਨੇ ਖੇਤੀਬਾੜੀ ਦੇ ਖੇਤਰ ਵਿੱਚ ਤੇ ਦੁਨੀਆ ਭਰ ਦੇ ਜਵਾਨ ਕੀ ਕਰ ਰਹੇ ਨੇ ਆਪਣੇ ਆਪਣੇ ਦੇਸ਼ ਦੀਆਂ ਸਰਹੱਦਾਂ ਨੂੰ ਬਚਾਉਣ ਦੇ ਵਿੱਚ ਤੇ ਨਾਲ ਦੀ ਨਾਲ ਆਪਸੀ ਪਾਈਚਾਰਾ ਮਿਲਾਉਣ ਦੇ ਵਿੱਚ ਆਪਸ ਦੇ ਵਿੱਚ ਦਿਲ ਮਿਲਾਉਣ ਦੇ ਵਿੱਚ ਤੇ ਸਿਆਣਿਆਂ ਦੀਆਂ ਮੰਨੀਆਂ ਤਾਂ ਇਹ ਲੜਾਈ ਝਗੜੇ ਕਾਦੇ ਜਿਹੜੇ ਦੇਸ਼ਾਂ ਦੇ ਦੇਸ਼ਾਂ ਨਾਲ ਲੜਾਈ ਝਗੜੇ ਹੋ ਰਹੇ ਨੇ ਇਹ ਹਥਿਆਰਾਂ ਦੀ ਜਿਹੜੀ ਦੌੜ ਚੱਲਦੀ ਪਈ ਹੈ ਇਹ ਕਾਦੇ ਵਾਸਤੇ ਹੈ انسان ਹੋਣ ਦੇ ਨਾਤੇ ਅਸੀਂ ਇਨਸਾਨੀਅਤ ਦੀ ਕਦਰ ਕਰੀਏ ਇਨਸਾਨਾਂ ਦੀ ਕਦਰ ਕਰੀਏ ਇਕਨੋਮਿਕ ਵਾਰ ਹੋ ਰਹੀ ਹੈ ਕਾਦੇ ਵਾਸਤੇ ਇੱਕ ਦੇਸ਼ ਦੂਜੇ ਦੇਸ਼ ਨੂੰ ਗਰੀਬ ਰੱਖਣਾ ਚਾਹੁੰਦਾ ਹੈ ਕਾਦੇ ਵਾਸਤੇ ਇੱਕ ਦੇਸ਼ ਦੂਜੇ ਦੇਸ਼ ਦੇ ਉੱਤੇ ਹਕੂਮਤ ਕਰਨਾ ਚਾਹੁੰਦਾ ਕਾਦੇ ਵਾਸਤੇ ਕਿਤੇ ਹੱਦਾਂ ਦਾ ਮਾਮਲਾ ਹੈ ਕਿਤੇ ਸਰਹੱਦਾਂ ਦਾ ਮਾਮਲਾ ਹੈ ਕਿਤੇ ਲੜਾਈ ਝਗੜੇ ਨੇ ਕਿਤੇ ਆਪਸ ਦੇ ਗਿਲੇ ਸ਼ਿਕਵੇ ਨੇ ਕਿਤੇ ਅਸੀਂ ਬਿਜ਼ਨਸ ਨੂੰ ਲੈ ਕੇ ਅੜੇ ਹੋਏ ਹਾਂ ਕਿਤੇ ਅਸੀਂ ਆਪਣੀ ਕਰੰਸੀ ਦੇ ਮੁੱਲ ਨੂੰ ਲੈ ਕੇ ਅੜੇ ਹੋਏ ਹਾਂ ਗਲਤ ਹੈ ਇਨਸਾਨੀਅਤ ਦੀ ਹੈ ਇੱਕ ਪਾਸੇ ਯੂਨੋ ਦਾ ਜੋ ਡੈਕਲੇਰੇਸ਼ਨ ਆਫ ਹਿਊਮਨ ਰਾਈਟਸ ਦਾ ਇੱਕ ਪਾਸੇ ਉਹ ਗੱਲ ਹੋ ਰਹੀ ਹੈ ਤੇ ਅਮਲੀ ਤੌਰ ਤੇ ਪ੍ਰੈਕਟੀਕਲ ਰੂਪ ਦੇ ਵਿੱਚ ਅਸੀਂ ਕੀ ਕਰ ਰਹੇ ਹਾਂ ਹਿਊਮਨ ਰਾਈਟਸ ਨੂੰ ਅਸੀਂ ਛਿੱਕੇ ਟੰਗਿਆ ਹੋਇਆ जी असी सारिया समस्यावं का हल देखिए दुनिया के दे हो सकता है ह्यूमन राइट्स के आधार के उत्ते ही सारिया पॉलिसीज़ बनन सारे मुल्क काम कर सारे मुल्क दौरमेंट्स काम कर सारे मुल्क दे नागरिक काम कर सारे मुल्क दोजिशनस काम करन असी सारे ह्यूमन राइट्स के उत्ते आधारित अपन सारिया पॉलिस बनाईए अपने सारे रूल्स एंड रेगूलेशन बनाईए अपने सारे लॉस बनाइए तो यकीनी तौर पर कि श्योरली पूरी दुनिया के सारिया समस्यावान खत्म हो जा इंसानियत एक नवा सूरज देख सकती है एक सुनहरा भविख देख सकती है तो तोड़ा सारवाद कि ती मुद्दा का हिस्सा बने होर अपडेट्स के लिए वेखते रहो पंजाब मेल यू एस ए टी सत श्री अकाल